ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮਲਕਪੁਰ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਅਤੇ ਲਾਗੇ ਅੱਡਾ ਜਿਹੜਾ ਥੋਬਾ ਵਿਧੀਆ ਨਾਲ ਪੈਂਦਾ ਆ, ਅਤੇ ਦੋ ਹੀ ਗਾਵਾਂ ਜਿਹੜੀਆਂ ਅੱਜ ਵਿਧੀਆ ਨੇ ਵਿਕਾਊ ਕੀਤੀਆਂ, ਇੱਕ ਸੂਈ ਆ ਅਤੇ ਇੱਕ ਗੱਭਣ ਆ, ਅਤੇ ਗੱਲਬਾਤ ਤੁਹਾਨੂੰ ਆਪਾਂ ਕਰਦੇ ਹਾਂ ਵਿਧੀਆ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਵੀਰ ਜੀ, ਨਾਮ ਦੱਸ ਦਿਓ ਇੱਕ ਵਾਰੀ ਫਿਰ ਆਪਣਾ। ਨਾਮ ਜੀ ਲਵਜੀਤ ਆ, ਪਿੰਡ ਮਲਕਪੁਰ ਆਪਣਾ, ਅੰਮ੍ਰਿਤਸਰ ਜ਼ਿਲ੍ਹਾ। ਲਾਗੇ ਰਮਦਾਸ ਵੀ ਆ ਅਤੇ ਅਜਨਾਲਾ ਵੀ ਆ, ਹੈ ਨਾ ਆਪਣਾ? ਅਜਨਾਲਾ ਰਮਦਾਸ ਲਾਗੇ। ਠੀਕ ਆ, ਅਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ। 8729-23-107। ਠੀਕ ਆ, ਅਤੇ ਇਹ ਘਰ ਦੀਆਂ ਕਿ ਲਿਆਉਂਦੀਆਂ ਜੀ? ਇਹ ਲਿਆਉਂਦੀਆਂ ਵੀਰ ਜੀ। ਅੱਛਾ, ਲਿਆਉਂਦੀਆਂ, ਵਿਚਲੀ ਲਿਆਉਂਦੀਆਂ। ਹਾਂਜੀ ਹਾਂਜੀ। ਠੀਕ ਆ, ਅਤੇ ਰੇਟ ਨੋਰਮਲ ਹੀ ਰੱਖਣੇ ਫਿਰ? ਰੇਟ ਵੀਰ ਜੀ ਨੋਰਮਲ ਹੀ ਆ। ਠੀਕ ਹੈ, ਪਹਿਲਾਂ ਸੂਈ ਵਿਖਾ ਦਈਏ, ਗੱਭਣ ਵਿਖਾ ਦਈਏ? ਪਹਿਲਾਂ ਸੂਈ ਵਿਖਾ ਦਿਓ। ਚਲੋ ਪਹਿਲਾਂ ਸੂਈ ਵਿਖਾ ਦਈਏ। ਰੇਟ ਦੋਵਾਂ ਦੇ ਜਿਹੜੇ ਨੋਰਮਲ ਜਿਹੇ ਆ, ਉਹ ਵੀ ਦੇ, ਅਤੇ ਪਹਿਲਾਂ ਇਹੀ ਤੁਹਾਨੂੰ ਵਿਖਾਉਂਦੇ ਹਾਂ, ਥਾਣੇ 'ਤੇ ਦੇਖ ਸਕਦੇ ਜੀ ਲਾਗੇ ਤੋਂ। ਕਿੰਨਾ ਚਿਰ ਹੋ ਗਿਆ ਵੀਰ ਜੀ ਇਹਨੂੰ ਸੂਈ ਨੂੰ? ਇਹਨੂੰ ਸੂਈ ਨੂੰ ਹਫ਼ਤਾ ਹੋ ਗਿਆ ਜੀ। ਹਫ਼ਤਾ ਹੋ ਗਿਆ ਵਾ? ਹਾਂਜੀ ਹਫ਼ਤਾ ਹੋ ਗਿਆ। ਅਤੇ ਦੁੱਧ ਬਿਲਕੁਲ ਕਿੰਨਾ ਤਿਆਰ ਕਰ ਗਈ ਜੀ? ਪੱਕਾ ਦੁੱਧ ਇਸ ਟਾਈਮ ਕੋਈ 10 ਕਿਲੋ ਵਧਣ ਡਈ ਆ, 12 ਕਿਲੋ 'ਤੇ ਪਹੁੰਚੇਗੀ। ਅੱਛਾ, ਹੁਣ 10 ਕਿਲੋ ਹੈਗਾ ਅਤੇ 12 ਤੱਕ ਜਿਹੜਾ ਕਰ ਜੂਗੀ? ਹਾਂ ਕਰ ਜੂਗੀ 12 ਤੱਕ। ਚਲੋ ਖੋਲੋ ਹਾਂ ਫਿਰ ਤੋਲ ਦਈਏ। ਦਸ ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ, ਬਾਕੀ ਉਹ ਤੁਸੀਂ ਆਪ ਆਪਣੀ ਸਵਾਈ ਕਰਕੇ ਖੜਨੀ ਹੈ। ਲੈ ਜਾਓ ਬੰਦ ਹੋ ਵੀਰ ਜੀ। ਅਤੇ ਆਹ ਬੱਚਾ ਜੀ ਜਿਹੜਾ ਇਹਦਾ, ਅਤੇ ਕਿੰਨਾ ਕੁ ਵੀਰ ਜੀ ਫਿਰ ਮੁੱਲ ਰੱਖ ਦਈਏ ਇਹਦਾ ਆਪਾਂ? ਮੁੱਲ ਤਾਂ ਵੀਰ ਜੀ ਅਸੀਂ 30,000 ਦੀ ਦੇਣੀ ਆ। ਅੱਛਾ, ਕੋਈ ਛੋਟ ਛਾਟ ਕਰ ਦਿਓਗੇ ਵਿੱਚ? ਕੋਈ 100-200 ਤਾਂ ਮਾਨਤਾ ਹੋ ਜੂਗਾ। ਚਲੋ 1000 ਛੋਟ ਕਰ ਦਿਓ ਫਿਰ ਮੌਕੇ 'ਤੇ, ਕੋ ਫੋਨ ਲਾਵੇ ਹੋਣਾ ਇੱਕ ਵਾਰੀ। ਹਾਂ ਫੋਨ ਲਾ ਕੇ ਕਰਦੇ। ਠੀਕ ਆ, ਅਤੇ ਹੈਗੀ ਠੰਡੀ ਧੀਰੀ ਜੀ ਇਸ ਤਰ੍ਹਾਂ? ਹਾਂਜੀ ਬਿਲਕੁਲ ਠੰਡੀ ਧੀਰੀ ਜੀ, ਦੇਖੋ। ਠੀਕ ਆ, ਕੋਈ ਚੱਕਰ ਵਾਲੀ ਗੱਲ ਨਹੀਂ, ਭਾਵੇਂ ਜਿੱਧਰ ਮਰਜ਼ੀ ਪੈ ਜਾਓ। ਹਾਂਜੀ ਹਾਂਜੀ। ਠੀਕ ਆ, ਬਾਕੀ ਕੋਈ ਫੋਨ ਲਾਵੇ 29,000 'ਚੋਂ ਵੀ ਮਾਨਤਾ ਹੋ ਜੂਗਾ ਮੌਕੇ 'ਤੇ। ਅਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ 'ਤੇ, ਇਹ ਗੱਭਣ ਹੈ ਜਿਹੜੀ, ਇਹ ਚੰਗੀ ਸਾਂਭੀ ਸੁੰਭੀ ਹੈ ਕਿਸੇ ਵੀਰ ਨੇ, ਅਤੇ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ। ਇਹ ਵੀ ਠੰਡੀ ਧੀਰੀ ਆ। ਠੀਕ ਆ, ਕੋਈ ਆਹ ਦੇਖ ਸਕਦੇ, ਇਹ ਵੀ ਠੰਡੀ ਧੀਰੀ ਆ ਪੂਰੀ ਜਿਹੜੀ, ਅਤੇ ਹੈਗੀ ਇਹ ਵੀ ਕਰੋਸ 'ਚ ਆ। ਬਾਕੀ ਦੋਵੇਂ ਗਾਵਾਂ ਜਿਹੜੀਆਂ ਨਾ ਗਰਮੀ ਝੱਲਣ ਵਾਲੀਆਂ ਵਾ। ਕੱਦ ਕਾਠ ਬੋਲੀ ਬੇਟੇ ਦਾ ਚੰਗਾ। ਅਜੇ ਹਵਾਨੇ 'ਚ ਢਿੱਲਾਂ ਢੁੱਲਾਂ ਕਾਫੀ ਆ ਜਿਹੜੀਆਂ, ਆ ਜਾਓ ਲੈ ਵੀਰ ਜੀ ਬੰਦ ਹੋ ਜੀ। ਅਤੇ ਇਹ ਵੀਰ ਜੀ ਕਿੰਨਾ ਕੁ ਲੈ ਜਾਊਗੀ ਟਾਈਮ? ਇਹ ਵੀਰ ਜੀ
ਇਹਦੇ ਵਿੱਚ ਹੀ ਸੂ ਪੈਣੀ ਹੈ। ਠੀਕ ਹੈ ਹਾਂਜੀ, ਹੁਣ ਲੰਬੀ ਆਉਂਦੀ ਹੈ ਦੁੱਧ ਕੱਲ੍ਹ ਪਰਸੋਂ ਦੀ। ਠੀਕ ਹੈ, ਹਫ਼ਤੇ 'ਚ ਸੂ ਪੈਣੀ ਹੈ। ਅਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਹੈ ਜੀ? ਉਹ ਜਿੰਨਾ ਕੋਲ ਲਿਆਂਦੀ ਹੈ ਉਹ ਲਿਆਉਂਦੇ ਸੀ ਵੀ ਅਸੀਂ 16-17 ਕਿਲੋ ਚੁੰਦੇ ਰਹੇ ਇਸ ਵੇਲੇ ਦੁੱਧ। ਹਾਂਜੀ, ਅਤੇ ਅੱਗੋਂ ਤੁਹਾਨੂੰ ਪਤਾ ਸੇਵਾ ਦਾ ਹੀ ਹੈ ਦੁੱਧ 'ਤੇ। ਹਾਂਜੀ ਹਾਂਜੀ, ਬਾਕੀ ਚਲੋ ਗੱਬਣੇ ਆ, ਕੋਈ ਆਪਣੀ ਸਮਝਣਾ, ਕੋਈ ਵੇਖ ਲਿਆ ਨਾ ਕਿੰਨਾ ਕੁ ਦੁੱਧ ਚਵਾਈ ਜਾਊਗੀ, ਕੋਈ ਮਤਲਬ ਚੈੱਕ ਕਰਕੇ ਵੇਖ ਕੇ ਖੜੀ। ਠੀਕ ਹੈ, ਅਤੇ ਇਹਦਾ ਮੁੱਲ ਫਿਰ? ਇਹਦਾ ਮੁੱਲ ਵੀ ਜੀ 33,000 ਜੀ। 33,000 ਹੈ ਹਾਂਜੀ, ਛੋਟ ਛਾਟ ਵਿੱਚੋਂ ਕਰ ਦਿਓਗੇ? ਕੋਈ ਕਰ ਦਾਂਗੇ 100-200 ਰੁਪਈਆ। ਚਲੋ 1,000 ਹੀ ਛੱਡ ਦਿਓ ਇਹਦਾ ਵੀ ਫਿਰ। ਚਲੋ ਕੋਈ ਗੱਲ ਨਹੀਂ, ਛੱਡ ਦਾਂਗੇ ਯਾਰ। ਠੀਕ ਹੈ, ਅਤੇ ਠੀਕ ਹੈ ਫਿਰ ਮੈਡਮ, ਬਾਕੀ ਕੋਈ ਤੁਹਾਡੇ ਘਰੋਂ ਕੋਈ ਆਪਣੀ ਤਸੱਲੀ ਕਰਕੇ ਨਾ, ਆਪਣੀ ਸਮਝਣਾ ਵੇਚ ਚੱਕ ਕੇ ਖੜੇ। ਹਾਂਜੀ, ਇਹ ਦੋ ਡੰਗ ਚਵਾ ਕੇ ਖੜੇ। ਹਾਂਜੀ, ਗੱਬਣ ਨੂੰ ਚੈੱਕ ਕਰਕੇ, ਥਾਨ ਚੈੱਕ ਕਰਕੇ ਖੜੇ, ਪਾਸ ਕਰਕੇ ਖੜੇ ਹੈ ਨਾ। ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ, ਆਪਣੀ ਜ਼ਿੰਮੇਵਾਰੀ 'ਤੇ ਅਤੇ ਆਪਣੀ ਸਮਝਣਾ ਪਸ਼ੂ ਖਰੀਦੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।